ਇਹਦੇ ਨਾਲ ਥਕਾਵਟ ਉਤਰਦੀ ਜੇ ਬਹੁਤ ਥੱਕੇ ਜਾਣਾ ਤੇ ਨਾਮ ਜਪਣ ਨਾਲ ਥਕਾਵਟ ਉਤਰਦੀ ਸੇਵਾ ਕਰਨ ਨਾਲ ਉਤਰਦੀ ਥਕਾਵਟ ਜੇ ਬਹੁਤ ਸਾਨੂੰ ਤਕਲੀਫ ਹੈ ਨਾ ਬਹੁਤ ਬਿਮਾਰ ਹਾਂ ਤੇ ਆਪਾਂ ਕਹਿੰਦੇ ਵੀ ਨਾ ਕਰੀਏ ਕੀਰਤਨ ਨਾ ਜਾਈਏ ਪਾਠ ਅਜਮਾ ਕੇ ਦੇਖ ਲਿਓ ਤੁਸੀਂ ਕੀਰਤਨ ਜਾਓਗੇ ਸੇਵਾ 'ਚ ਜਾਓਗੇ ਤੁਹਾਡਾ ਅੱਧਾ ਦੁੱਖ ਰਹਿ ਜੇ ਇਹ ਦੁੱਖਾਂ ਦੇ ਇਲਾਜ ਨੇ ਦੁੱਖ ਤਾਂ ਇੱਥੇ ਦੂਰ ਹੁੰਦੇ ਨਾਮ ਜਪਣ ਨਾਲ ਤੁਹਾਡੀ ਸਿਰ ਦਰਦ ਹੁੰਦੀ ਹੈ ਬਾਣੀ ਸ਼ੁਰੂ ਕਰ ਲਓ ਸੁਖਮਨੀ ਸਾਹਿਬ ਸੁਣ ਲਓ ਪੜ੍ਹ ਲਓ ਸਿਰ ਦਰਦ ਘੱਟ ਜਾਏਗੀ ਸਰੀਰ 'ਚ ਬਿਮਾਰੀ ਪਾਪਾਂ ਦੇ ਕਾਰਨ ਆਉਂਦੀ ਪੁੰਨਾਂ ਦੇ ਕਾਰਨ ਘੱਟ ਜਾਂਦੀ ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਇਹ ਦੁੱਖਾਂ ਰੋਗਾਂ ਦਾ ਡੇਰਾ ਹੀ ਪੱਟ ਦਿੰਦਾ ਬਾਣੀ ਜਿਹੜੀ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਹਰੀ ਨੂੰ ਸਿਮਰੋ ਉੱਥੇ ਸਹਾਈ ਹੁੰਦੇ ਆ ਯਾਦ ਕਰਕੇ ਦੇਖੋ ਇਹ ਸਾਡਾ ਇਲਾਜ ਜਦੋਂ ਅਸੀਂ ਸੇਵਾ ਸਿਮਰਨ ਕਰਦੇ ਹਾਂ ਨਾ ਫਿਰ ਸਾਡੀ ਪ੍ਰੀਖਿਆ ਵੀ ਹੁੰਦੀ ਕਈ ਬੜੇ ਬੜੇ ਲਾਲਚ ਮਿਲਣਗੇ ਕਿ ਆਹ ਚੀਜ਼ ਮਿਲਣ ਵਾਲੀ ਹੈ ਆਹ ਧਨ ਮਿਲਣ ਵਾਲਾ ਹੈ ਬਹੁਤ ਕੁਝ ਮਿਲਣ ਵਾਲਾ ਹੈ ਤੂੰ ਪਾਠ ਸਿਮਰਨ ਤੋਂ ਆ ਜਿਹੜਾ ਰਹਿਣ ਦੇ ਪਰ ਉਹ ਨੁਕਸਾਨ ਹੁੰਦਾ ਕੱਲ ਜੋ ਕਰਦਾ